ਹਾਂਜੀ ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਸਾਰੇ ਭੈਣ ਭਰਾਵਾਂ ਦਾ। ਉਮੀਦ ਕਰਦਾ ਸਾਰੇ ਠੀਕ ਠਾਕ ਹੋਣਗੇ। ਅੱਜ ਅਸੀਂ ਪਿੰਡ ਆਏ ਹੋਏ ਹਾਂ, ਸਾਰਾ ਦਿਨ ਰੱਜ ਕੇ ਅਵਾਰਾ ਗਰਦੀ ਕੀਤੀ, ਯਕੀਨ ਕਰੋ ਪੰਜਾਬੀਓ ਨਜ਼ਾਰਾ ਆ ਗਿਆ। ਮੌਸਮ ਵੀ ਵੈਸੇ ਬਹੁਤ ਵਧੀਆ ਬਣਿਆ ਹੋਇਆ, ਆਹ ਦੇਖ ਸਕਦੇ ਤੁਸੀਂ ਹੈ, ਬੱਦਲ ਆਏ ਹੋਏ ਆ ਅਤੇ ਅੱਜ ਸਾਡੇ ਪਿੰਡ ਦੀ ਨਹਿਰ 'ਚ ਆਹ ਆਪਣੇ ਪਿੰਡ ਦਾ ਨਜ਼ਾਰਾ ਵਾ, ਤੁਸੀਂ ਦੇਖ ਸਕਦੇ ਦਿਨ ਢਲਦਾ ਪਿਆ ਵਾ। ਇੱਧਰ ਪਾਣੀ ਜਾ ਰਿਹਾ, ਇੱਧਰੋਂ ਪਾਣੀ ਆ ਰਿਹਾ। ਬਹਾਦਰ ਸਾਹਿਬ, ਤੁਸੀਂ ਆਪਣੀ ਰਾਏ ਕੀ ਦੇਣਾ ਚਾਹੋਗੇ ਇਸ ਬਾਰੇ 'ਚ? ਦੇਖੋ, ਗਾਲ ਛੱਡ ਕੇ ਹਮੇਸ਼ਾ ਇੱਧਰੋਂ ਇੱਧਰ ਹੀ ਜਾਂਦਾ ਵਾ, ਤੁਸੀਂ ਦੇਖ ਲਓਗੇ ਇਹ ਜਿਹੜਾ ਵੀ ਰਜਵਾਇਆ ਵਾ ਉਹ ਇੱਧਰੋਂ ਇੱਧਰੋਂ ਨਿਕਲਦਾ ਵਾ। ਹਾਂਜੀ, ਕਦੀ ਦੇਖਿਆ ਕਿ ਪਿਛਲੇ ਪਾਸੇ ਉੱਧਰ ਨੂੰ ਜਾਵੇ? ਕਿਉਂ, ਉੱਧਰ ਨਹਿਰ ਹੀ ਨਹੀਂ ਹੈਗੀ। ਵਾਹ ਬਹਾਦਰ ਸਾਹਿਬ, ਵਾਹ, ਤੁਹਾਡੀ ਸਾਇੰਸ, ਸਦਕੇ ਜਾਵਾਂ ਤੁਹਾਡੀ ਸਾਇੰਸ ਤੋਂ। ਇੱਧਰੋਂ ਕਹਿੰਦਾ ਪਾਣੀ ਆਉਂਦਾ ਇੱਧਰ ਜਾ ਰਿਹਾ, ਯਾਨੀ ਕਿ ਜਿਹੜਾ ਪਾਣੀ ਆ ਰਿਹਾ ਉਹਨੂੰ ਦੇਖ ਕੇ ਕਹਿ ਰਿਹਾ ਇੱਧਰੋਂ ਪਾਣੀ ਆ ਰਿਹਾ ਇੱਧਰ ਜਾ ਰਿਹਾ। ਅਤੇ ਅਸੀਂ ਹੁਣ ਨਹਿਰ ਦੇ ਕੰਢੇ ਤੋਂ ਉੱਤਰ ਕੇ ਆਏ ਹਾਂ, ਪਹਿਲਾਂ ਜਾਣਾ ਆਪਣੇ ਡੇਰੇ, ਅਤੇ ਸਾਡੇ ਪਿੰਡ ਲੱਗਾ ਹੋਇਆ ਉਹ ਉਧਰਲੀ ਸਾਈਡ 'ਤੇ ਮੇਲਾ, ਤੁਸੀਂ ਆਵਾਜ਼ ਸੁਣ ਰਹੇ ਹੋਣੇ ਗਾਣਿਆਂ ਦੀ। ਅਤੇ ਆਪਾਂ ਹੁਣ ਕੱਪੜੇ ਚੇਂਜ ਕਰਕੇ ਡੇਰੇ 'ਤੇ ਚੱਲਦੇ ਹਾਂ ਮੇਲੇ ਵਾਲੀ ਸਾਈਡ ਨੂੰ। ਪਿੰਡ ਥਾਂ ਦਾ ਮੇਲਾ ਵਾ, ਛੋਟਾ ਜਿਹਾ ਮੇਲਾ ਵਾ, ਅੱਜ ਤੁਹਾਨੂੰ ਮੈਂ ਦਿਖਾਉਂਦਾ ਕਿ ਪਿੰਡ ਥਾਂ ਦਾ ਆਪਣੇ ਲਹਿੰਦੇ ਪੰਜਾਬ 'ਚ ਮੇਲਾ ਜਿਹੜਾ ਹੁੰਦਾ ਉਹ ਕਿੱਦਾਂ ਦਾ ਹੁੰਦਾ, ਬਹੁਤ ਹੀ ਮਜ਼ਾ ਆਊਗਾ। ਵੈਸੇ ਸਵੇਰੇ ਅਸੀਂ ਦਿਨੇ ਗਏ ਸੀ 10 ਵਜੇ, ਅਤੇ ਦੁਕਾਨਾਂ ਦੁਕਾਨਾਂ ਲੱਗੀਆਂ ਹੋਈਆਂ ਸੀ ਅਤੇ ਕੋਈ ਐਡਾ ਰਸ਼ ਕੋਈ ਨਹੀਂ ਸੀ। ਮੈਂ ਕਿਹਾ ਚਲੋ ਸ਼ਾਮ ਨੂੰ ਜਦੋਂ ਬੰਦੇ ਇਕੱਠੇ ਹੋਣਗੇ, ਰੌਣਕ ਮੇਲਾ ਹੋਊਗਾ, ਉਦੋਂ ਜਾ ਕੇ ਦਿਖਾਵਾਂਗੇ ਤੁਹਾਨੂੰ ਮੇਲਾ। ਸੋ ਟਾਈਮ ਆ ਗਿਆ ਸ਼ਾਮ ਦਾ, ਤੁਸੀਂ ਦੇਖ ਰਹੇ ਹੋਣੇ ਸੂਰਜ ਡੁੱਬਦਾ ਪਿਆ ਅਤੇ ਇਸ ਸਾਈਡ 'ਤੇ ਲੱਗਾ ਹੋਇਆ ਮੇਲਾ। ਪਹਿਲੇ ਆਪਾਂ ਚੱਲਦੇ ਹਾਂ ਆਪਣੇ ਡੇਰੇ 'ਤੇ, ਫਿਰ ਕਰਦੇ ਹਾਂ ਕੱਪੜੇ ਚੇਂਜ ਅਤੇ ਫਿਰ ਦਿਖਾਉਂਦੇ ਹਾਂ ਤੁਹਾਨੂੰ ਮੇਲਾ। ਦਿਖਾਈ MP3 ਚੱਕੀ ਹੋਈ ਆ, ਆਹ ਦੇਖ ਲਓ, ਆਵਾਜ਼ ਮੱਠੀ ਕਰੀ ਕਾਪੀਰਾਈਟ ਕਲੇਮ ਆ ਜਾਣਾ ਵਿੱਚ। ਲਓ ਜੀ, ਆਪਾਂ ਪਹੁੰਚ ਗਏ ਆਪਣੇ ਡੇਰੇ 'ਤੇ, ਤਾਲਾ ਲੱਗਾ ਹੋਇਆ, ਸਕੂਟਰ ਆਪਣਾ ਇੱਥੇ ਹੀ ਖਲੋਤਾ ਹੋਇਆ। ਹੁਣ ਕਰਦੇ ਹਾਂ ਇੱਥੋਂ ਕੱਪੜੇ ਚੇਂਜ ਅਤੇ ਫਿਰ ਚੱਲਦੇ ਹਾਂ ਮੇਲੇ ਵਾਲੀ ਸਾਈਡ ਨੂੰ। ਵੈਸੇ ਆਪਣੇ ਧਾਈਆਂ ਨੂੰ ਪਾਣੀ ਲੱਗ ਚੁੱਕਿਆ ਵਾ, ਮੌਸਮ ਬਹੁਤ ਵਧੀਆ ਵਾ, ਦੁਪਹਿਰੀ ਇੱਥੇ ਮੰਜੀ ਡਾਈ ਹੋਈ ਸੀ, ਛਾਂ ਹੁੰਦੀ ਆ, ਤਾਲਾ ਲੱਗਾ ਹੋਇਆ, ਸ਼ੁਕਰ ਆ ਕਿਸੇ ਨੇ ਤੋੜਿਆ ਕੋਈ ਨਹੀਂ। ਚਾਬੀਆਂ ਕਿੱਥੇ ਆ? ਚਲੋ ਜੀ, ਆ ਪਿਆ ਆਪਣਾ ਸਮਾਨ, ਫੋਨ ਪਿਆ ਹੋਇਆ ਵਾ, ਉਹ ਨਹੀਂ ਆ, ਚੇਂਜ ਕਰਦੇ ਹਾਂ ਫਿਰ ਚੱਲਦੇ ਮੇਲੇ ਵੱਲ। ਲਓ ਜੀ, ਕੱਪੜੇ ਕਰ ਲਏ ਅਸੀਂ ਚੇਂਜ ਅਤੇ ਸਕੂਟਰ ਵੀ ਆਪਣੀ ਖੜੀ ਆ ਰੈਡੀ, ਹੁਣ ਲਾਉਂਦੇ ਹਾਂ ਚਾਬੀ, ਮਾਰਦੇ ਹਾਂ ਕਿੱਕ ਅਤੇ ਚੱਲਦੇ ਹਾਂ ਆਪਾਂ ਮੇਲੇ ਵੱਲ ਨੂੰ। ਚੱਲ ਆ ਜਾ ਹੁਣ ਮਿੰਟ ਮਾਰ, ਲੇਟ ਹੋ ਗਿਆ ਵੈਸੇ, ਅੱਗੇ ਵੀ ਬਹੁਤ, ਉਹ ਟਰੋਜ਼ਰ ਸਾਫ਼ ਕਰਨ ਲੱਗ ਗਿਆ। ਚੱਲ ਆ ਫੈਸਲ, ਆ ਜਾ। ਲਓ ਜੀ, ਮੋਟਰਸਾਈਕਲ ਪਾ ਲਿਆ ਆਪਾਂ ਪਿੰਡ ਵਾਲੇ ਰੂਟ ਨੂੰ, ਅਤੇ ਹੁਣ ਜਾ ਰਹੇ ਹਾਂ ਆਪਾਂ ਮੇਲਾ ਦੇਖਣ। ਠੀਕ ਹੈ ਫੈਸਲ, ਉੱਤੋਂ ਦੀ ਮੋੜ ਲੈਂਦੇ ਹਾਂ ਹੁਣ ਪਿੱਛੇ ਜੀ, ਏਟੀਐਮ ਮਾਰ ਕੇ ਆਉਣਾ। ਛੋਟਾ ਗਲਾਸ 20 ਰੁਪਏ ਦਾ, ਵੱਡਾ ਗਲਾਸ 30 ਰੁਪਏ ਦਾ, ਠੀਕ ਹੈ।
ਮੇਲੇ 'ਚ ਬਹੁਤ ਵਧੀਆ ਰੌਣਕ ਬਣੀ ਹੋਈ ਆ, ਤੁਸੀਂ ਦੇਖ ਰਹੇ ਹੋਣੇ ਆ। ਪਿਛਲੀ ਸਾਈਡ ਤੋਂ ਸਪੀਕਰ ਵੀ ਲੱਗੇ ਹੋਏ ਆ ਤੇ ਉਹ ਪੰਘੂੜੇ ਵੀ ਆ, ਇੱਧਰ ਵੀ ਝੂਲੇ ਜਿਹੇ ਬਣੇ ਹੋਏ ਆ ਛਾਲਾਂ ਜਿਹੇ ਮਾਰਨ ਵਾਲੇ, ਅਤੇ ਆਪਾਂ ਤੁਹਾਨੂੰ ਦਿਖਾਇਆ ਵੀ ਆ ਇਸ ਵੇਲੇ ਕੀ ਸੀਨ ਆ। ਅੱਛਾ ਬਾਦਲ ਉਧਰਲੀ ਸਾਈਡ 'ਤੇ ਚੱਲੀਏ ਜਿੱਧਰ ਜਵਾਕ ਛਾਲਾਂ ਮਾਰਨ ਰਹੇ ਆ ਰਬੜ ਦੇ ਉੱਤੇ। ਹੈਂ ਕੀ ਆ ਇੱਥੇ ਛਾਲਾਂ ਮਾਰਨੀਆਂ ਤੂੰ ਬਾਦਰ? ਬਿਲਕੁਲ ਜੀ ਬਿਲਕੁਲ, ਛਾਲਾਂ ਮਾਰਨ ਲਈ ਤੇ ਆਏ ਆ ਅਸੀਂ। ਅੱਛਾ ਚੱਲ ਜ਼ਰਾ ਛਾਲਾਂ ਮਾਰ, ਆਪਾਂ ਦਿਖਾਉਂਦੇ ਹਾਂ। ਉਹ ਸਪੀਕਰ ਲੱਗੇ ਹੋਏ ਉਸ ਸਾਈਡ ਤੇ, ਆ ਜਾ ਤੈਨੂੰ ਅੱਜ ਮੈਂ ਝੂਲੇ ਲਿਆ ਕੇ ਦਿੰਦਾ ਇੱਧਰ, ਇੱਧਰ ਨੂੰ ਆ ਘੁੰਮ ਕੇ ਉੱਤੋਂ ਦੀ ਚੱਲਦੇ ਹਾਂ। ਬਾਦਲ ਸਾਹਿਬ ਚੜੋ ਉੱਤੇ, ਆਹ ਸਾਈਡ ਤੇ ਆ ਜਾਓ, ਤੁਹਾਡਾ ਵਜ਼ਨ ਜ਼ਿਆਦਾ, ਆਹ ਸਾਈਡ ਤੇ ਆ ਜਾਓ। ਕਿਉਂ ਨਹੀਂ? ਮੇਰਾ ਵਜ਼ਨ ਤੇਰੇ ਨਾਲ ਵੀ ਜ਼ਿਆਦਾ, ਟੁੱਟ ਜਾਣਾ ਥੱਲੇ ਬਹਿ ਜਾਣਾ ਇਹ। ਨਹੀਂ ਚੱਲ ਆ ਜਾ ਉੱਧਰ ਚੱਲਦੇ ਹਾਂ। ਹਾਂ ਕਿਉਂ ਇਹਦੇ ਤੇ ਦੇਖੀ ਉਹਨਾਂ ਦੀ ਰੋਜ਼ੀ ਦਾ ਮਸਲਾ ਤੋੜ ਨਾ ਦਈ। ਮੈਂ ਕਹਿੰਦਾ ਜਾਂਦੀ ਕਰਾ ਉਹ ਵੱਡੇ ਜਿਹੜੇ ਰਿੰਗ ਬਣੇ ਹੋਏ ਉੱਧਰ ਜਾ ਕੇ ਦੇਖਦੇ ਆਪਾਂ। ਮੈਂ ਹਿਸਾਬ ਲਾਇਆ ਵਾ ਜਿੱਡਾ ਕੁ ਪਿੰਡ ਆ ਨਾ ਉਸ ਹਿਸਾਬ ਨਾਲ ਠੀਕ ਆ ਮੇਲਾ, ਹੈ ਨਾ ਪਿੰਡ ਦੇ ਹਿਸਾਬ ਨਾਲ ਮੇਲਾ ਵੱਡਾ ਲੱਗ ਰਿਹਾ। ਆਪਾਂ ਫੋਟੋਆਂ ਵੀ ਖਿਚਵਾਉਣੀਆਂ ਉਹ ਸਾਹਮਣੇ ਪਾਸੋਂ, ਉਹ ਫੋਟੋਆਂ ਖਿੱਚ ਕੇ ਫੋਰੀ ਕੱਢ ਕੇ ਦਿੰਦੇ ਦੋਵਾਂ ਦੀ ਇਕੱਠਿਆਂ ਦੀਆਂ। ਜਿਹੜੀ ਪੁਰਾਣੇ ਵੇਲਿਆਂ 'ਚ ਮੇਲਿਆਂ 'ਤੇ ਤੁਸੀਂ ਦੇਖੀ ਹੋਣੀ ਆਪਣੇ ਪੰਜਾਬ ਦੇ ਵੀ ਫੋਟੋ ਖਿੱਚ ਕੇ ਅਤੇ ਉਸੇ ਵੇਲੇ ਕੱਢ ਕੇ ਦੇ ਦਿੰਦੇ ਸੀ, ਉਹ ਫੋਟੋ ਬਹਾਦਰ ਕਹਿੰਦਾ ਮੈਂ ਕਢਾਉਣੀ ਆ। ਹੁਣ ਗਾਣੇ ਲੱਗੇ ਹੋਏ ਉਸ ਸਾਈਡ 'ਤੇ ਸਪੀਕਰ 'ਤੇ, ਪੁਰਾਣੇ ਸੌਂਗ ਲੱਗੇ ਹੋਏ ਆ। ਮੈਂ ਕਹਿੰਦਾ ਬਹਾਦਰ ਛੱਡ ਪਰੇ, ਵੈਸੇ ਤਸਵੀਰਾਂ ਦਿਖਾ ਦਿੰਦੇ ਹਾਂ ਤੁਹਾਨੂੰ ਕਿੱਦਾਂ ਦੀਆਂ, ਹੈ ਨਾ। ਬਹਾਦਰ ਸਾਹਿਬ ਦੋ ਤਰ੍ਹਾਂ ਦੇ, ਇੱਕ ਆ ਜਾਂ ਕਿਹੜਾ ਪੀਣਾ ਦੋਵਾਂ ਚੋਂ? ਆ ਕਰੀ ਯਾਰ ਦੋ ਗਲਾਸ ਠੰਡੇ ਜਿਹਾ ਕਰਕੇ ਜ਼ਰਾ ਪੈਸੇ ਲੈ ਕੇ ਆਇਆ। ਪੈਸੇ ਨਾ ਨਿਕਲੇ ਸਾਨੂੰ ਫ੍ਰੀ ਸਿੰਘਪੁਰ ਗਿਆ ਦੁੱਧ ਬਲੰਗੂ ਦਾ ਛੋਟਾ ਗਲਾਸ 30 ਰੁਪਏ ਦਾ, ਵੱਡਾ ਗਲਾਸ 30 ਰੁਪਏ ਦਾ, ਵਗਦੀ ਰਵੀ ਵੀ ਚਮੋਟਾ ਇੱਕ ਕੇਲੇ ਦਾ ਇੱਕ। ਲੈ ਜੀ ਆਪਣਾ ਪੂਰਾ ਇਲਾਕਾ ਫਿਰ ਕੇ ਦੇਖ ਲਓ, ਇਹਦੇ ਨਾਲ ਦਾ ਸਟੇਸ਼ਨ ਦੁੱਧ ਬਲੰਗੂ ਨਾਲ ਬਣਾ ਦੇ ਇਹਨਾਂ ਕਮੇਟੀਆਂ ਨੇ ਕੁੱਤਿਆਂ ਦੇ ਜਿਹੜਾ ਸਾਰਿਆਂ ਤੋਂ ਉੱਚੀ ਛਾਲ ਮਾਰੂਗਾ ਉਹਨੂੰ 50 ਰੁਪਏ ਇਨਾਮ, ਜਿਹੜਾ ਸਾਰਿਆਂ ਤੋਂ ਉੱਚੀ ਛਾਲ ਮਾਰੂਗਾ ਜਿਹੜਾ ਉੱਚੀ ਛਾਲ ਮਾਰੂਗਾ ਉਹਨੂੰ। ਆਹ ਮਜ਼ਾ ਨਹੀਂ ਆ ਰਿਹਾ, ਆਹ ਗੱਡੀ ਲੈ ਲਿਆ ਤੈਨੂੰ? ਨਹੀਂ ਜੋੜੀ ਲੈ ਦੇ ਟਾਇਰਾਂ ਦੀ।
ਇੰਨਾ ਕੀ ਸੀ, ਹੁਣ ਆਪਾਂ ਜਾਂਦੇ ਹਾਂ ਨਾਲ ਦੇ ਪਿੰਡ, ਉੱਥੇ ਅੱਡੇ 'ਤੇ ਏ ਟੀ ਐੱਮ ਮਾਰ ਕੇ ਪੈਸੇ ਕਢਾ ਕੇ ਲਿਆਉਂਦੇ। ਲੋਦੀ ਕਸਮ।